4-5 साल ਦੇ ਵਿੱਚ ਵੇਟ ਬਹੁਤ ਜ਼ਿਆਦਾ ਵੱਧ ਗਿਆ ਸੀਗਾ। ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਵੀ ਤੁਹਾਡੇ ਪੇਟ ਦੇ ਵਿੱਚ ਇਨਫੈਕਸ਼ਨ ਵੀ ਬਹੁਤ ਜ਼ਿਆਦੀ ਆ। ਹਾਂਜੀ, ਸਾਰੇ ਵੀਰਾਂ ਭਰਾਵਾਂ ਨੂੰ ਮੇਰੇ ਵੱਲੋਂ ਨਮਸਤੇ, ਸਤਿ ਸ਼੍ਰੀ ਅਕਾਲ। ਮੈਂ ਸੁਰਿੰਦਰ ਕੁਮਾਰ, ਡਿਸਟ੍ਰਿਕਟ ਅੰਮ੍ਰਿਤਸਰ ਬਿਆਸ ਤੋਂ ਹਾਂ ਜੀ। ਮੈਂ 2-3 ਸਾਲ ਹੋ ਗਏ ਆ, ਮੇਰਾ 4-5 ਸਾਲ ਦੇ ਵਿੱਚ ਵੇਟ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਅਤੇ ਦਵਾਈਆਂ ਮੈਂ ਬਹੁਤ ਜ਼ਿਆਦੀਆਂ 2-3 ਸਾਲ ਤੋਂ ਖਾ ਰਿਹਾ ਸੀ, ਜਿਹਦੇ ਵਿੱਚ ਗੋਡੇ ਦਰਦ ਹੋ ਰਹੇ, ਪੈਰਾਂ ਦੀਆਂ ਸੋਜਾਂ ਨਹੀਂ ਸੀ ਹਟਦੀਆਂ, ਸਾਹ ਬਹੁਤ ਚੜ੍ਹਦਾ ਸੀ। ਉਸ ਤੋਂ ਬਾਅਦ ਐਲਰਜੀ ਵਗੈਰਾ, ਦਿਮਾਗ ਦੀ ਟੈਨਸ਼ਨ ਵਗੈਰਾ ਵੀ ਮੈਂ ਜ਼ਿਆਦਾ ਲੈ ਰਿਹਾ ਸੀ ਆਪਣੇ ਸਰੀਰ ਦੇ ਪ੍ਰਤੀ। ਲੇਕਿਨ ਮੈਂ ਇੱਕ ਦਿਨ ਅਖਬਾਰ ਦੇ ਵਿੱਚ ਇਸ਼ਤਿਹਾਰ ਪੜ੍ਹਿਆ, ਡਾਕਟਰ ਸਾਹਿਬ ਦਾ ਨਾਂ ਪੜ੍ਹਿਆ, ਮੈਂ ਗਿਆ ਇਹਨਾਂ ਕੋਲ। ਡਾਕਟਰ ਸਾਹਿਬ ਅਮਿਤ ਸੂਦ ਮੋਕੇ ਤੋਂ ਆ, ਇਹ ਬਹੁਤ ਹੀ ਸੀਨੀਅਰ ਡਾਕਟਰ ਆ, ਵਧੀਆ ਡਾਕਟਰ ਆ, ਨੇਚਰ ਵੀ ਬਹੁਤ ਚੰਗੀ ਆ। ਮੈਂ ਅੰਮ੍ਰਿਤਸਰ ਉਹਨਾਂ ਨੂੰ ਮਿਲਿਆ ਅਤੇ ਅੰਮ੍ਰਿਤਸਰ ਉਹਨਾਂ ਮੈਨੂੰ ਕਿਹਾ ਵੀ ਤੁਹਾਡੀ ਜੋ ਵੀ ਪ੍ਰੋਬਲਮ ਆ ਇਹ ਵੇਟ ਕਰਕੇ ਆ ਰਹੀ ਆ, ਬਹੁਤ ਜ਼ਿਆਦਾ ਵੇਟ ਕਰਕੇ। ਉਸ ਦੇ ਨਾਲ ਮੇਰੇ ਪਿੱਤੇ ਦੀ ਪੱਥਰੀ ਵੀ ਹੋਈ ਸੀਗੀ, ਡਾਕਟਰ ਅਮਿਤ ਸੂਦ ਹੋਣਾ ਦੇ ਜੋ ਵੀ ਕਹਿਣਗੇ ਉਹਦੇ ਹਿਸਾਬ ਨਾਲ ਚੱਲਣਾ। ਉਸ ਤੋਂ ਬਾਅਦ ਮੈਂ ਮੁੜ ਕੇ ਮੋਗੇ ਆਇਆ, ਮੋਗੇ ਉਹ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਮੇਰੇ ਡਾਕਟਰ ਸਾਹਿਬ ਪਿੱਤੇ 'ਚ ਪੱਥਰੀ ਆ, ਉਹਨਾਂ ਨੇ ਮੇਰੇ ਟੈਸਟ ਵਗੈਰਾ ਕਰਾਏ, ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਵੀ ਤੁਹਾਡੇ ਪੇਟ ਦੇ ਵਿੱਚ ਇਨਫੈਕਸ਼ਨ ਵੀ ਬਹੁਤ ਜ਼ਿਆਦਾ ਆ। ਹੋਰ ਵੀ ਉਹਨਾਂ ਨੇ ਮੈਨੂੰ ਕਈ ਗੱਲਾਂ ਦੱਸੀਆਂ ਅਤੇ ਉਸ ਤੋਂ ਬਾਅਦ ਮੈਂ ਸਰਜਰੀ ਕਰਾਉਣ ਦਾ ਮਤਲਬ ਪਲਾਨ ਬਣਾਇਆ ਵੀ ਮੈਂ ਕਰਾ ਲੈਣੀ ਆ, ਜੋ ਮਰਜ਼ੀ ਹੋ ਜਾਵੇ, ਮੈਂ ਆਪਣੇ ਪਰਿਵਾਰ ਨੂੰ ਦੱਸਣ ਤੋਂ ਬਗੈਰ ਸਰਜਰੀ ਕਰਾ ਲਈ। ਉਹਨਾਂ ਨੇ ਚਲੋ ਮੇਰੇ ਨਾਲ ਲੜਾਈ ਝਗੜਾ ਵੀ ਕੀਤਾ, ਕੁਛ ਵੀ ਕੀਤਾ, ਪਰ ਮੈਨੂੰ 15 ਦਿਨ ਦੇ ਬਾਅਦ ਹੁਣ ਮੈਂ ਇੱਥੇ ਆਇਆ ਵਾਂ ਦੁਬਾਰਾ ਟਾਂਕੇ ਕਢਾਉਣ। ਮੈਨੂੰ ਆਪਣੇ ਆਪ 'ਚ ਬਹੁਤ ਹੀ ਵਧੀਆ ਫੀਲ ਹੋ ਰਿਹਾ, ਬਹੁਤ ਹੀ ਚੰਗਾ, ਮਤਲਬ ਮੈਨੂੰ ਐਂ ਲੱਗਦਾ ਵਾ ਜਿਸ ਤਰ੍ਹਾਂ ਮੈਂ ਬਿਮਾਰ ਹੋਇਆ ਹੀ ਨਹੀਂ ਕਦੀ। ਕਾਫੀ ਬਿਮਾਰੀਆਂ ਦਾ 15 ਦਿਨਾਂ 'ਚ ਫਰਕ ਪੈ ਗਿਆ ਅਤੇ ਮੇਰਾ ਵਜ਼ਨ ਵੀ 13-14 ਕਿਲੋ ਮਤਲਬ ਘੱਟ ਗਿਆ ਵਾ। ਅਤੇ ਡਾਕਟਰ ਸਾਹਿਬ ਹੋਣੀ ਬਹੁਤ ਹੀ ਵਧੀਆ ਇਨਸਾਨ ਵੀ ਆ। ਜਦੋਂ ਮੈਂ ਇਹਨਾਂ ਕੋਲ ਆਇਆ ਸੀ ਉਦੋਂ ਮੇਰਾ ਵਜ਼ਨ ਜਿਹੜਾ ਜੀ 106 ਕਿਲੋ ਸੀਗਾ, ਉਸ ਤੋਂ ਬਾਅਦ ਹੁਣ ਮੇਰਾ ਵਜ਼ਨ ਜਿਹੜਾ ਵਾ ਉਹ 93 ਕਿਲੋ 15 ਦਿਨ ਦੇ ਵਿੱਚ, ਮਤਲਬ ਕਾਫੀ ਲੋਸ ਹੋਇਆ ਵਾ। ਜੋ ਵੀ ਭੈਣ ਭਰਾ ਜਿਨ੍ਹਾਂ ਨੂੰ ਬਿਮਾਰੀਆਂ ਵਾ, ਸ਼ੂਗਰ ਆ, ਜੇ ਆ, ਉਹ ਆ, ਜੋ ਕੁਛ ਵੀ ਬਿਮਾਰੀ ਆ, ਉਹ ਸਿਰਫ ਮੋਟਾਪੇ ਦੀ ਜੜ ਜੇ ਅਤੇ ਉਹ ਮੋਟਾਪੇ ਕਰਕੇ ਹੀ ਤੁਹਾਡਾ ਸਭ ਕੁਝ ਹੁੰਦਾ ਵਾ। ਅਤੇ ਉਹਨੂੰ ਤੁਸੀਂ ਆਪਣੀ ਜੋ ਵੀ ਡਾਕਟਰ ਸਾਹਿਬ ਤੁਹਾਨੂੰ ਸਲਾਹ ਦਿੰਦੇ ਆ ਉਹਦੀ, ਉਹਨਾਂ ਦੀ ਸਲਾਹ ਨਾਲ ਚੱਲੋ, ਜੋ ਵੀ ਸਰਜਰੀ ਉਹ ਕਹਿੰਦੇ ਆ ਕਰਾਓ ਅਤੇ ਉਸ ਤੋਂ ਬਾਅਦ ਤੁਸੀਂ ਇਹਤੋਂ ਛੁਟਕਾਰਾ ਪਾਓਗੇ। ਬਾਕੀ ਜੋ ਵੀ ਆ, ਇਹਨਾਂ ਦਾ ਇੱਕ ਬਹੁਤ ਵੱਡਾ ਮੋਗੇ ਦੇ ਵਿੱਚ ਹੋਸਪਿਟਲ ਬਣ ਰਿਹਾ ਵਾ, ਜਿਹੜਾ ਜਿਨ੍ਹਾਂ ਨੇ ਆਪਰੇਸ਼ਨ ਨੇ ਫਿਰ ਦੂਰਬੀਨ ਰਾਹੀਂ ਮਤਲਬ ਕਰਿਆ ਕਰਨਗੇ। ਜਲੰਧਰ ਤੋਂ, ਲੁਧਿਆਣੇ ਤੋਂ ਵੀ ਪੇਸ਼ੈਂਟ ਇਹਨਾਂ ਕੋਲ ਬਹੁਤ ਜ਼ਿਆਦਾ ਆਉਂਦੇ ਆ। ਅਤੇ ਤੁਸੀਂ ਵੀ ਜੇ ਮਤਲਬ ਫਾਇਦਾ ਲੈਣਾ ਚਾਹੁੰਦੇ ਆ ਤਾਂ ਫਿਰ ਜ਼ਰੂਰ ਡਾਕਟਰ ਸਾਹਿਬ ਹੋਣਾ ਦੇ ਕਰਾਂ ਆਣ ਕੇ ਅਤੇ ਦਰਸ਼ਨ ਕਰੋ ਵੀ ਅਤੇ ਇਹਨਾਂ ਨੂੰ ਦਰਸ਼ਨ ਦਿਓ ਵੀ, ਅਤੇ ਤੁਹਾਨੂੰ ਮਤਲਬ ਇਹ ਹਰ ਬਿਮਾਰੀ ਤੋਂ ਮੁਕਤ ਕਰਨਗੇ। ਅਤੇ ਬਾਕੀ ਇਹ ਆ ਵੀ ਮੈਂ ਸਰਜਰੀ ਕਰਾਈ ਆ ਅਤੇ ਬਹੁਤ ਵਧੀਆ ਮਤਲਬ ਮੈਂ ਮਹਿਸੂਸ ਕਰਨ ਡਿਆ ਵਾਂ। ਬਾਕੀ ਇਹਨਾਂ ਡਾਕਟਰ ਸਾਹਿਬ ਹੋਣਾ ਦਾ ਬਹੁਤ ਬਹੁਤ ਧੰਨਵਾਦ ਆ, ਜਿਹੜਾ ਸਟਾਫ ਆ ਇਹਨਾਂ ਦਾ ਬਹੁਤ ਚੰਗਾ ਵਾ। ਥੈਂਕ ਯੂ, ਮਿਹਰਬਾਨੀ ਜੀ।